ਅਸੀਂ ਰੋਜ਼ ਐਵੇਂ ਨਹੀਂ ਪੜਦੇ ਕਿ ਸਿੱਖਾਂ ਦਾ ਮਨ ਨੀਵਾ ਮਤ ਮਤ ਚੀ ਮਤ ਪਤਕਾ ਰੱਖਾ ਆਪ ਵੈਗੋਸ਼ ਇੱਕ ਬਾਲੀਵੁੱਡ ਹਾਲੀਵੁੱਡ ਫਿਲਮਾਂ 'ਚ ਵੀ ਜਿੱਥੇ ਆਇਆ ਤਾਂ ਸਰਦਾਰ ਜਿਹੜਾ ਉਹ ਟੈਕਸੀ ਚਲਾਉਂਦਾ ਹੀ ਨਜ਼ਰ ਆਇਆ ਜੇ ਬਾਲੀਵੁੱਡੇ ਕੰਮ ਨਹੀਂ ਕਰ ਰਿਆ ਸੀ ਤਾਂ ਸਾਊਥ ਤਰ੍ਹਾਂ ਸਾਡੇ ਹੱਥੋਂ ਕਮਾਨ ਆਈ ਸੀ ਜਾ 1984 ਵਰਗੀ ਫਿਲਮ ਦਿਲਜੀਤ ਨੇ ਬਣਾਈ ਸੀ ਅੱਜ ਮਸਤਾਨੇ ਵਰਗੀ ਫਿਲਮ ਲੈ ਕੇ ਤਰਸੀਮ ਜੱਸੜ ਆ ਕੇ ਖੜਾ ਹੋਇਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਅਸੀਂ ਦੁਨੀਆ ਨੂੰ ਇਹ ਫਿਲਮ ਦਿਖਾਈਏ ਵੀ ਕਿ ਕੱਲੀ ਸਿੱਖਾਂ ਤੱਕ ਸੀਮਤ ਨਾ ਰਹੇ ਜੇ ਕਿ ਜਿਹੜੇ 12 ਵਜ ਗਏ ਤੁਸੀਂ ਕਹਿੰਦੇ ਸੀ ਇਹ ਸਿੱਖਾਂ ਦੇ 12 ਉਦੋਂ ਵੱਜਦੇ ਜਦੋਂ ਹਿੰਦੁਸਤਾਨ ਦੀਆਂ 3 ਭੈਣਾਂ ਦੀਆਂ ਨਾਦਰ ਸ਼ਾਹ ਅਗੇ ਇੱਜ਼ਤਾਂ ਪੱਤ ਲੁੱਟ ਕੇ ਲੈ ਕੇ ਜਾਂਦੇ ਸੀ ਤੇ ਉਹ ਉਹਨਾਂ ਦੇ ਉਥੋਂ ਤੰਬੂਆਂ ਦੇ ਵਿੱਚੋਂ ਚੱਕ ਕੇ ਵਾਪਸ ਲੈ ਆਉਂਦੇ ਸੀ ਦੋ ਦੋ ਚਾਰ ਚਾਰ ਸਿੰਘ ਜਾਂਦੇ ਸੀ ਜਿਹੜੇ ਦੱਸਦੇ ਸੀ ਇਹ ਕਿਰਪਾਨ ਗੁਰੂ ਸਾਹਿਬ ਨੇ ਕਿਰਪਾ ਕਰਨ ਵਾਸਤੇ ਦਿੱਤੀ। ਇਹ ਤਲਵਾਰ ਨਹੀਂ ਹੈ ਕਿ ਤੁਰੇ ਜਾਂਦੇ ਦਾ ਸਿਰ ਵੱਢ ਦੀਏ ਗਲ ਲਾ ਦੀਏ ਕਿਸੇ ਤੋਂ ਕੁਝ ਖੋ ਕੇ ਲੈ ਜੀ ਅਸੀਂ ਉਸ ਕਰਤਾਰ ਦੇ ਮਾਲਕ ਨਹੀਂ ਹੈ। ਇੱਕ ਗੱਲੀ ਔਰਤ ਟ੍ਰੇਨ ਦੇ ਵਿੱਚ ਬੈਠੀ ਹੁੰਦੀ ਸੀ ਆਪਦੇ ਬੱਚੇ ਨਾਲ ਉਹਨੂੰ ਡਰ ਲੱਗਦਾ ਸੀ ਕੋਈ ਸਰਦਾਰ ਮੂਰੋ ਆ ਜਾਂਦਾ ਉਹ ਇਹ ਗੱਲ ਕਹਿੰਦੀ ਸੀ ਹੁਣ ਡਰਨ ਦੀ ਲੋੜ ਨਹੀਂ ਬੇਟਾ ਬਹਿ ਜਾ ਟ੍ਰੇਨ ਦੀ ਪੂਰੀ ਬੋਗੀ ਇੱਕ ਪਾਸੇ ਹੋ ਗਈ ਤੇ ਇੱਕ ਕੱਲਾ ਦਸਤਾਰ ਧਾਰੀ ਹੈ। ਇਹ ਜ਼ਹਿਨ ਦੇ ਵਿੱਚ ਦੱਸਣ ਦੀ ਲੋੜ ਹੈ ਕਿ ਅਸੀਂ ਉਹੀ ਲੋਕਾਂ ਅਸੀਂ ਲੰਗਰਾਂ ਵਾਲੇ ਵੀ ਆ ਅਸੀਂ ਕਿਰਪਾਨਾਂ ਵਾਲੇ ਵੀ ਆ ਭਗਤ ਪੂਰਨ ਸਿੰਘ ਦੇ ਵਾਰਿਸਾਂ ਸਾਡੇ ਸਾਡੇ ਨਾਇਕਾਂ ਦੀ ਲਿਸਟ ਇੰਨੀ ਲੰਬੀ ਹੈ ਕਦੇ ਇਹ ਫਿਲਮ ਹਿੰਦੀ ਦੇ ਵਿੱਚ ਬਣੇ ਜਿਹੜਾ ਇਹ ਜਾ ਕੇ ਦੱਸੇ ਕਿ ਪਿੰਗਲਵਾੜਾ ਕੀ ਹੈ ਸਾਨੂੰ ਆਪਦੇ ਨਾਇਕਾਂ ਦੇ ਉੱਤੇ ਫਿਲਮਾਂ ਬਣਾਉਣੀਆਂ ਪੈਣਗੀਆਂ ਸਾਨੂੰ ਇਹ ਕਹਾਣੀਆਂ ਦੱਸਣੀਆਂ ਪੈਣਗੀਆਂ ਪਾਨੀ ਸਾਹਿਬ ਦੀ ਬਦੌਲਤ ਮੋਗੇ ਦਾ ਜੰਪਾ ਲੋ ਸਰਦਾਰ ਅਮਰੀਕਾ ਗਿਆ ਫਾਈਬਰ ਆਪਟਿਕ ਬਣਾਈ ਫਾਦਰ ਆਫ ਫਾਈਬਰ ਆਪਟਿਕ ਕਿਹਾ ਜਾਂਦਾ ਅੱਜ ਇੰਟਰਨੈਟ ਨਾ ਹੁੰਦਾ ਜਿਹਦੇ ਜਰੀਏ ਅਸੀਂ ਸਾਨੂੰ ਭਾਈ ਗਰਜਾ ਸਿੰਘ ਭਾਈ ਬੋਤਾ ਸਿੰਘ ਦਾ ਦੱਸਣਾ ਪਊ ਸਾਨੂੰ ਭਾਈ ਮਣੀ ਸਿੰਘ ਦਾ ਦੱਸਣਾ ਪਊ ਜਿੱਥੇ ਲੰਗਰ ਦੇ ਵਿੱਚ ਜਾਣ ਵੇਲੇ ਪੁੱਛਿਆ ਨਹੀਂ ਜਾਂਦਾ ਤੂੰ ਕਿਹੜੀ ਜਾਤ ਦਾ ਅਸੀਂ ਅਸੀਂ ਉਸ ਗੁਰੂ ਦੇ ਆਸ਼ੇ ਚੱਲਣ ਵਾਲੇ ਲੋਕ ਹਾਂ ਜਿੱਥੇ ਰਣਵੀਰ ਸਿੰਘ ਦੀਪਿਕਾ ਪਾਦੂਕੋਂ ਮਗਰ ਮਗਰ ਤੁਰੇ ਫਿਰਦੇ ਹੁੰਦੇ ਉਹਦੇ ਪੀ ਟਿਲ ਹੁੰਦੇ ਗਰਦਾਸਪੁਰ ਦੇ ਨਿੱਕੇ ਜਿਹੇ ਪਿੰਡ ਦਾ ਜੰਪ ਵਾਲਾ ਅਸੀਂ ਉਹ ਚੋਟੀਆਂ ਸਰ ਕਰਨ ਵਾਲੇ ਲੋਕ ਆ ਸਾਨੂੰ ਚੈਲੰਜ ਨਾ ਕਰੋ ਜੀ ਉਦਮ ਸਿੰਘ ਤੋਂ ਵੱਡਾ ਕੌਣ ਹੋ ਸਕਦਾ ਹੈ ਨਾਇਕ ਇਹ ਸਾਡੇ ਨਾਇਕ ਨੇ 33 ਸਾਲ ਬਾਅਦ ਜਾ ਕੇ ਜਦੋਂ ਲੰਡਨ ਦੇ ਕੈਂਗਸਟਨ ਹਾਲ ਜਾ ਕੇ ਪੁੱਛ ਲਿਓ ਕੋ ਨਾ ਕੰਧਰ ਸਾਨੂੰ ਪਿਆਰ ਕਰੋ ਅਸੀਂ ਦੁੱਗਣਾ ਤਿੱਗਣਾ 10 ਗੁਣਾ ਪਿਆਰ ਕਰਾਂਗੇ ਸਾਡੇ ਪ੍ਰਕਾਸ਼ ਕੀਤੇ ਇਹਦੇ ਵਿੱਚ ਫਰਕ ਵੀ ਸਮਝੋ ਕਿ ਅਸੀਂ ਕੌਣ ਹਾਂ ਅਸੀਂ ਅਤਵਾਦੀ ਨਹੀਂ ਹਾਂ ਸਾਡਾ ਹਿੰਦੂ ਨਾਲ ਕੋਈ ਰੌਲਾ ਨਹੀਂ ਹੈ ਸਾਡਾ ਮੁਸਲਮਾਨ ਨਾਲ ਕੋਈ ਰੌਲਾ ਨਹੀਂ ਹੈ ਨਾ ਸਾਡੇ ਗੁਰੂਆਂ ਦਾ ਸੀ ਨਾ ਸਾਡਾ ਸਾਡਾ ਜ਼ੁਲਮ ਦੇ ਖਿਲਾਫ ਰੌਲਾ ਜਿੱਥੇ ਜਿੱਥੇ ਇਸ ਧਰਤੀ ਦੇ ਉੱਤੇ ਜ਼ੁਲਮ ਹੋਊਗਾ ਉੱਥੇ ਉੱਥੇ ਜੇ ਕੋਈ ਦਸਤਾਰ ਧਾਰੀ ਖੜਾ ਹੈ ਤੇ ਉਹ ਕਿਰਪਾਨ ਚੁੱਕ ਮੱਕੜ ਸਾਹਿਬ ਦੌਰ ਆ ਗਿਆ ਦਸਤਾਰਾਂ ਨੂੰ ਸਰਦਾਰਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਇਤਿਹਾਸ ਵਿਲੱਖਣ ਢੰਗ ਦੇ ਨਾਲ ਅੱਜ ਕੱਲ੍ਹ ਦਰਸ਼ਕਾਂ ਨੂੰ ਦਿਖਾਇਆ ਜਾ ਰਿਹਾ ਪਹਿਲਾਂ ਜਿਹੜੀ ਇਮੇਜ ਹੁੰਦੀ ਸੀ ਸਰਦਾਰਾਂ ਪ੍ਰਤੀ ਉਹ ਹੁਣ ਉਹਦਾ ਦੂਸਰਾ ਪੱਖ ਦਿਖਾਇਆ ਜਾ ਰਿਹਾ ਕੀ ਕਹਿੰਨੇ ਹੋ ਨਹੀਂ ਅਜੇ ਵੀ ਉਸ ਪੱਧਰ ਦੇ ਉੱਤੇ ਪੱਖ ਨਹੀਂ ਦਿਖਾਇਆ ਜਾ ਰਿਹਾ ਹੂੰ ਕੋਈ ਬਹੁਤਾ ਪੁਰਾਣਾ ਸਮਾਂ ਨਹੀਂ ਹੈ ਜਦੋਂ ਰਾਜਾ ਹਿੰਦੁਸਤਾਨੀ ਵਰਗੀ ਫਿਲਮ ਬਣਦੀ ਹੈ ਤੇ ਜੌਨੀ ਲਿਵਰ ਬਿਨਾਂ ਦਾੜ੍ਹੀ ਵਾਲਾ ਪੱਗ ਬਨ ਕੇ ਤੇ ਹੋਈ ਹੋਈ ਯੋ-ਯੋ ਕਰਦਾ ਹੋਇਆ ਟੈਕਸੀ ਡਰਾਈਵਰ ਟੈਕਸੀ ਡਰਾਈਵਰ ਕੱਲਾ ਬਣਾ ਕੇ ਤੁਹਾਨੂੰ ਪੇਸ਼ ਕੀਤਾ ਗਿਆ ਸੀ ਕੋਈ ਬਹੁਤਾ ਸਮਾਂ ਨਹੀਂ ਹੋਇਆ ਜਦੋਂ ਅਕਸ਼ੇ ਕੁਮਾਰ ਨੇ ਸਿੰਘ ਇਸ ਕਿੰਗ ਫਿਲਮ ਦੇ ਵਿੱਚ ਨਕਲੀ ਦਾੜੀ ਲਾ ਕੇ ਤੇ ਬਹੁਤ ਇੱਕ ਅਜੀਬ ਜੇ ਸਰਦਾਰ ਦਾ ਕਿਰਦਾਰ ਨਿਭਾਇਆ ਸੀਗਾ ਸੋ ਮੈਨੂੰ ਲੱਗਦਾ ਹੈ ਕਿ ਜਾਂ ਸਰਦਾਰ ਇਹਨਾਂ ਨੂੰ ਦਰਬਾਨ ਨਜ਼ਰ ਆਉਂਦੇ ਨੇ ਜਾਂ ਸਰਦਾਰ ਇਹਨਾਂ ਨੂੰ ਟੈਕਸੀ ਡਰਾਈਵਰ ਨਜ਼ਰ ਆਉਂਦੇ ਨੇ ਇਹ ਸਾਨੂੰ ਆਪ ਦੇ ਹੱਥ ਲੈਣੀ ਪੈਣੀ ਸੀ ਕਮਾਨ ਜੀ ਕਿ ਅਸੀਂ ਆਪ ਦੇ ਆਪ ਨੂੰ ਆਪਦੀ ਇਮੇਜ ਨੂੰ ਦੁਨੀਆ ਪੱਧਰ ਦੇ ਉੱਤੇ ਕਿਵੇਂ ਤਬਦੀਲ ਕਰਦੇ ਮੈਨੂੰ 2-3 ਦਿਨ ਪਹਿਲਾਂ ਬਹੁਤ ਸੁਹਣੀ ਗੱਲ ਕੀਤੀ ਜਸਬੀਰ ਜੱਸੀ ਭਾਈ ਨਾਲ ਮੇਰੀ ਰਾਤ ਗੱਲ ਹੋ ਰਹੀ ਸੀ ਮੈਂ ਇੱਕ ਸ਼ੋਅ 'ਚ ਹੋਰ ਵੀ ਇਹਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਜਿਸ ਦੌਰ ਦੇ ਵਿੱਚ ਬਾਲੀਵੁੱਡ 'ਚ ਜਦੋਂ ਪੰਜਾਬੀ ਗਾਇਕ ਵੱਡੇ ਹੋਣੇ ਸ਼ੁਰੂ ਹੋਏ ਜਦੋਂ ਤੁਸੀਂ ਦੇਖੋ ਕਿ ਹਾਲਾਕਿ ਪੁਰਾਣੇ ਵੀ ਸਾਰੇ ਪੰਜਾਬੀ ਸੀਗੇ ਜੀ ਜਿੰਨੇ ਵੱਡੇ ਗੀਤਕਾਰ ਤੇ ਗਾਇਕ ਹੋਏ ਉਹ ਪੰਜਾਬੀ ਸੀ ਪਰ ਹਿੰਦੀ ਚ ਗਾਉਂਦੇ ਸੀ ਜਦੋਂ ਪੰਜਾਬੀ ਗੀਤਾਂ ਦਾ ਬਾਲੀਵੁੱਡ ਦੇ ਵਿੱਚ ਵੱਡਾ ਚਲਨ ਆਉਂਦਾ ਤਾਂ ਦਲੇਰ ਮਹਿੰਦੀ ਵਰਗੇ ਜਸਬੀਰ ਜੱਸੀ ਵਰਗੇ ਜਦੋਂ ਗਾਇਕ ਗੀਤ ਦੇਣੇ ਸ਼ੁਰੂ ਕਰਦੇ ਤਾਂ ਫਿਰ ਉਹ ਹਾਵੀ ਐਸੇ ਹੋਣੇ ਸ਼ੁਰੂ ਹੋਏ ਤਾਂ ਬਾਲੀਵੁੱਡ ਨੇ ਤੁਹਾਡੇ ਗੀਤਾਂ ਦੇ ਸ਼ਬਦਾਂ ਨੂੰ ਵੀ ਬਦਲਣਾ ਸ਼ੁਰੂ ਕਰਤਾ ਜੀ ਉਹਨਾਂ ਨੇ ਉਹ ਪੰਜਾਬੀ ਪੰਜਾਬੀ ਨਹੀਂ ਰਹਿਣ ਦਿੱਤੀ ਗੀਤਾਂ ਦੇ ਵਿੱਚ ਜਿਹੜੀ ਪੰਜਾਬੀ ਜਿਵੇਂ ਮੇਜਰ ਰਾਜਸਤਾਨੀ ਫਿਲਮ ਦੇ ਵਿੱਚ ਸ਼ਾਵਾ ਇੱਕ ਗੀਤ ਆਇਆ ਸੀਗਾ ਇੱਕ ਪੰਜਾਬਣ ਕੁੜੀ ਪੰਜਾਬਣ ਦਿਲ ਚੁਰਾ ਕੇ ਲੈ ਗਈ ਉਹਦੇ ਚ ਉਹ ਅਜੀਬ ਜਿਹਾ ਮਿਕਸਚਰ ਕੀਤਾ ਵੀ ਇਹ ਲੱਗੇ ਤਾਂ ਸੀ ਵੀ ਪੰਜਾਬੀਅਤ ਹੈ ਪਰ ਉਹ ਪੰਜਾਬੀਅਤ ਸੀਗੀ ਨਹੀਂ ਸੋ ਜਿਹੜੇ ਨਰੋਲ ਠੇਠ ਪੰਜਾਬੀ ਗੀਤ ਸੀ ਹੁਣ ਵੀ ਤੁਸੀਂ ਉਹ ਦੌਰ ਦੇਖੋ ਕਿ ਤੁਹਾਡੇ ਜਿਹੜੇ ਪੰਜਾਬ ਦੇ ਵਿੱਚ ਗੀਤ ਬਹੁਤ ਮੁਕੰਮਲ ਹੋ ਜਾਂਦੇ ਆ ਉਹਨਾਂ ਨੂੰ ਉਹ ਤੋੜ ਮਰੋੜ ਕੇ ਫਿਰ ਇਸ ਢੰਗ ਦੇ ਨਾਲ ਬਣਾ ਕੇ ਲੈ ਜਾਂਦੇ ਆ ਕਿਉਂਕਿ ਉਹਦੀ ਟ੍ਰੈਂਡ ਨਹੀਂ ਦਿੰਦੇ ਜੀ ਹੁਣ ਗੱਲ ਆ ਗਈ ਸੀ ਕਿ ਤੁਹਾਡੇ ਉਸ 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 ਰੂਪ ਨੂੰ ਉਹ ਕਿਵੇਂ ਪੇਸ਼ ਕਰਦੇ ਆ ਜੀ ਜੇ ਅਕਸ਼ੇ ਕੁਮਾਰ ਕੇਸਰੀ ਵੀ ਬਣਾਉਂਦਾ ਤੇ ਕੇਸਰੀ ਦੇ ਵਿੱਚ ਵੀ ਉਹ ਉਸ ਰੂਪ ਦਾ ਜਲੂਸ ਕੱਢ ਕੇ ਰੱਖ ਦਿੰਦਾ ਜਿਸ ਰੂਪ ਦੀ ਜੇ ਵਾਕਈ ਇੰਨਾ ਪਿਆਰ ਤੇ ਮੁਹੱਬਤ ਸੀਗੇ ਜਿਵੇਂ ਰਣਦੀਪ ਹੁੱਡੇ ਨੇ ਕਈ ਮਹੀਨੇ ਲਾ ਕੇ ਦਸਤਾਰ ਸਜਾਈ ਕੇਸ ਰੱਖੇ ਉਹਨੇ ਆਪਦੀ ਸਿਗਰਟ ਤਮਾਕੂ ਛੱਡਿਆ ਜੀ ਉਹਨੇ ਉਹਨੇ ਹਰ ਉਹ ਚੀਜ਼ ਕੀਤੀ ਜਿਹੜੀ ਇੱਕ ਸਾਬਤ ਸੂਰਤ ਸਿੱਖ ਕਰਦਾ ਤੇ ਉਹ ਫਿਲਮ ਬਣਨ ਨਹੀਂ ਦਿੱਤੀ ਗਈ ਇਹ ਇਹ ਬੜੀ ਵੱਡੀ ਇੱਕ ਚਾਲ ਸੀਗੀ ਤੇ ਜਿਹੜੀ ਇੱਕ ਕਮਰਸ਼ੀਅਲ ਐਂਗਲ ਤੋਂ ਬਣੀ ਹੋਈ ਜਿਹੜੀ ਸਿਰਫ ਤੁਹਾਨੂੰ ਇਸ ਗੱਲ ਪਿੱਛੇ ਪਰਮਹਾਰੀ ਸੀ ਔਰ ਉਹ ਇੱਕ ਫੇਕ ਜਿਹਾ ਪੰਜਾਬੀਇਜ਼ਮ ਜਿਹਦਾ ਹੀ ਦਿਖਾਇਆ ਜਾਂਦਾ ਤੁਹਾਨੂੰ ਉਹ ਲਿਆਤਾ ਜੀ ਪਰ ਜਦੋਂ ਇਹ ਕਮਾਂਡ ਅੱਜ ਸਾਡੇ ਹੱਥਾਂ ਦੇ ਵਿੱਚ ਆਈ ਹੈ ਤਾ ਸਾਡੇ ਮੁੰਡਿਆਂ ਨੇ ਸਾਡੇ ਨੌਜਵਾਨਾਂ ਨੇ ਆਰਟ ਦੇ ਵਿੱਚ ਜਦੋਂ ਵੱਡੇ ਹੋ ਕੇ ਕੰਮ ਕੀਤਾ ਗਾਇਕੀ ਤੇ ਫਿਲਮਾਂ ਦੋ ਹੀ ਵੱਡੇ ਐਸੇ ਰਾ ਸੀਗੇ ਗਾਇਕੀ ਚ ਸਿੱਧੂ ਮੂਸੇਵਾਲਾ ਤੇ ਦਿਲਜੀਤ ਦੋਸਾਂਝ ਨੇ ਉਹ ਪੱਦਰ ਹਾਸਲ ਕੀਤਾ ਜੇ ਮੈਂ ਦਸਤਾਰਧਾਰੀਆਂ ਦੀ ਗੱਲ ਕਰ ਰਿਹਾ ਹਾਲਾਂਕਿ ਸ਼ੁਭ ਸ਼ੁਭ ਵੀ ਤੀਜਾ ਵੱਡਾ ਨਾਂ ਹੁਣ ਜਿਹੜਾ ਮੁੰਡਾ ਉੱਭਰ ਕੇ ਆਇਆ ਹਾਲਾਂਕਿ ਏਪੀ ਢਿੱਲੋਂ ਵੀ ਆਪਣਾ ਹੀ ਮੁੰਡਾ ਹੈ ਬਹੁਤ ਵੱਡਾ ਪਰ ਮੈਂ ਦਸਤਾਰਧਾਰੀਆਂ ਦੀ ਗੱਲ ਕਰ ਰਿਹਾ ਜੀ ਕਿ ਇਸ ਦੌਰ ਦੇ ਵਿੱਚ ਆ ਕੇ ਕਿਸੇ ਵੇਲੇ ਮਲਕੀਤ ਸਿੰਘ ਹੋਣਾ ਨੇ ਗੋਲਡਨ ਸਟਾਰ ਯੂਕੇ ਦੇ ਵਿੱਚ ਜਾ ਕੇ ਵੱਡਾ ਹੋਇਆ ਸੀ ਜੱਸੀ ਸਿੱਧੂ ਵਰਗੇ ਦਸਤਾਰ ਧਰੀ ਸੀਗੇ ਪਰ ਉਹ ਇੱਕ ਵੱਖਰੇ ਤਰ੍ਹਾਂ ਦਾ ਦੌਰ ਸੀਗਾ ਹੁਣ ਜੋ ਜੋ ਪੱਧਰ ਸਿੱਧੂ ਮੁਸੇਵਾਲਾ ਦਿਲਜੀਤ ਦੋਸਾਂਝ ਇੰਟਰਨੈਸ਼ਨਲ ਲੈਵਲ ਤੇ ਲੱਗੇ ਜੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਰਲਡ ਪਾਵਰ ਹੈ ਉਹ ਅਮਰੀਕਾ ਦੀ ਧਰਤੀ ਤੇ ਜਾ ਕੇ ਜਦੋਂ ਉਹਦਾ ਸਟੇਟ ਸਨਮਾਨ ਹੁੰਦਾ ਤਾਂ ਉਹਦੀ ਸਪੀਚ ਦੇ ਵਿੱਚ ਅਮਰੀਕਾ ਇਹ ਗੱਲ ਬੋਲਦਾ ਕਿ ਅਸੀਂ ਕੋਚੈਲਾ ਚ ਦਲਜੀਤ ਦੇ ਗਾਣੇ ਸੁਣਦੇ ਆ ਇਹ ਪੰਜਾਬੀਅਤ ਦੀ ਇਹ ਇਹ ਤੁਹਾਡੀ ਦਸਤਾਰ ਦੀ ਜਿੱਤ ਹੁੰਦੀ ਹੈ ਜਦੋਂ ਸਿੱਧੂ ਮੂਸੇਵਾਲੇ ਨੂੰ ਡ੍ਰੇਕ ਫਾਲੋ ਕਰਦਾ ਹੈ ਤੇ ਪੂਰੀ ਦੁਨੀਆ ਦੇ ਵਿੱਚ ਉਹਦੀ ਜਾਣ ਤੋਂ ਬਾਅਦ ਅੱਜ ਮੂਸੇਵਾਲਾ ਮੂਸੇਵਾਲਾ ਹੁੰਦੀ ਹੈ ਤਾਂ ਇਹ ਤੁਹਾਡੀ ਦਸਤਾਰ ਦੀ ਉੱਥੇ ਜਿੱਤ ਹੁੰਦੀ ਹੈ ਜੀ ਹੁਣ ਗੱਲ ਆ ਗਈ ਸੀ ਕਿ ਫਿਲਮਾਂ 'ਚ ਸਾਨੂੰ ਕਿਵੇਂ ਪ੍ਰੈਜ਼ੈਂਟ ਕੀਤਾ ਜਾਊਗਾ ਅਸੀਂ ਕੁਝ ਇੱਕ ਬਾਲੀਵੁੱਡ ਹਾਲੀਵੁੱਡ ਫਿਲਮਾਂ 'ਚ ਵੀ ਜਿੱਥੇ ਆਇਆ ਤਾਂ ਸਰਦਾਰ ਜਿਹੜਾ ਉਹ ਟੈਕਸੀ ਚਲਾਉਂਦਾ ਹੀ ਨਜ਼ਰ ਆਇਆ ਹੂੰ ਤਾਂ ਅੱਜ ਜੋ ਲੋੜ ਸੀ ਕਿਉਂ ਉਹਨੂੰ ਮਿੱਥ ਨੂੰ ਤੋੜਿਆ ਜਾਵੇ ਹੁਣ ਜੇ ਬਾਲੀਵੁੱਡ ਇਹ ਕੰਮ ਨਹੀਂ ਕਰ ਰਿਹਾ ਸੀ ਤਾਂ ਸਾਊਥ ਤਰ੍ਹਾਂ ਸਾਡੇ ਹੱਥੋਂ ਕਮਾਨ ਆਈ ਸੀ ਫਿਰ ਅਸੀਂ ਇਹ ਬੀੜਾ ਚੁੱਕਿਆ ਤਾਂ ਪੰਜਾਬ 1984 ਵਰਗੀ ਫਿਲਮ ਦਿਲਜੀਤ ਨੇ ਬਣਾਈ ਸੀ ਅੱਜ ਮਸਤਾਨੇ ਵਰਗੀ ਫਿਲਮ ਲੈ ਕੇ ਤਰਸੀਮ ਜੱਸੜ ਆ ਕੇ ਖੜਾ ਹੋਇਆ ਦੱਸ ਰਿਹਾ ਦੁਨੀਆ ਨੂੰ ਕਿ ਅਸੀਂ ਕੌਣ ਹ ਬਿਲਕੁਲ ਅਸੀਂ ਰੋਜ਼ ਐਵੇਂ ਨਹੀਂ ਪੜਦੇ ਕਿ ਸਿੱਖਾਂ ਦਾ ਮਨ ਨੀਵਾ ਮਤ ਚੀ ਮਤ ਪਤਕਾ ਰੱਖਾ ਆਪ ਵੈਗਰੂ ਅਸੀਂ ਰੋਜ਼ ਐਵੇਂ ਨਹੀਂ ਇਹ ਪੜਦੇ ਹੂੰ ਇਹ ਅਸੀਂ ਹੰਡਾਉਣੇ ਆ ਹੂੰ ਇਹ ਅਸੀਂ ਲੋਕਾਂ ਨੂੰ ਦੱਸਦੇ ਆ ਕਿ ਜਿਹੜੇ 12 ਵਜ ਗਏ ਤੁਸੀਂ ਕਹਿੰਦੇ ਸੀ ਇਹ ਸਿੱਖਾਂ ਦੇ 12 ਉਦੋਂ ਵੱਜਦੇ ਜਦੋਂ ਹਿੰਦੁਸਤਾਨ ਦੀਆਂ 3 ਭੈਣਾਂ ਦੀਆਂ ਨਾਦਰ ਸ਼ਾਹ ਅੱਗੇ ਇੱਜਤਾਂ ਪਤ ਲੁੱਟ ਕੇ ਲੈ ਕੇ ਜਾਂਦੇ ਸੀ ਤੇ ਉਹਨਾਂ ਦੇ ਉਥੋਂ ਤੰਬੂਆਂ ਦੇ ਵਿੱਚੋਂ ਚੱਕ ਕੇ ਵਾਪਸ ਲੈ ਆਉਂਦੇ ਸੀ ਵਾਹ ਉਹ ਹਜ਼ਾਰਾਂ ਦੀ ਗਿਣਤੀ 'ਚ ਉਹ ਬੈਠੇ ਹੋਏ ਦੋ ਦੋ ਚਾਰ ਚਾਰ ਸਿੰਘ ਜਾਂਦੇ ਸੀ ਜਿਹੜੇ ਦੱਸਦੇ ਸੀ ਇਹ ਕਿਰਪਾਨ ਗੁਰੂ ਸਾਹਿਬ ਨੇ ਕਿਰਪਾ ਕਰਨ ਵਾਸਤੇ ਦਿੱਤੀ ਇਹ ਤਲਵਾਰ ਨਹੀਂ ਹੈ ਕਿ ਤੁਰੇ ਜਾਂਦੇ ਦਾ ਸਿਰ ਵੱਢ ਦੀਏ ਗਲ ਲਾ ਦੀਏ ਕਿਸੇ ਤੋਂ ਕੁਝ ਖੋ ਕੇ ਲੈ ਜੀ ਅਸੀਂ ਉਸ ਕਰਤਾਰ ਦੇ ਮਾਲਕ ਨਹੀਂ ਆ ਹੂੰ ਜਦੋਂ ਕਿਤੇ ਤਾਮਿਲਨਾਡੂ ਦੇ ਵਿੱਚ ਜਾਂ ਕਿਤੇ ਚਨਈ ਦੇ ਵਿੱਚ ਕੱਲੀ ਔਰਤ ਟ੍ਰੇਨ ਦੇ ਵਿੱਚ ਬੈਠੀ ਹੁੰਦੀ ਸੀ ਆਪਦੇ ਬੱਚੇ ਨਾਲ ਉਹਨੂੰ ਡਰ ਲੱਗਦਾ ਸੀ ਕੋਈ ਸਰਦਾਰ ਮੂਰੋ ਆ ਜਾਂਦਾ ਉਹ ਇਹ ਗੱਲ ਕਹਿੰਦੀ ਸੀ ਹੁਣ ਡਰਨ ਦੀ ਲੋੜ ਨਹੀਂ ਬੇਟਾ ਬਹਿ ਜਾ ਟ੍ਰੇਨ ਦੀ ਪੂਰੀ ਬੋਗੀ ਇੱਕ ਪਾਸੇ ਹੋਊਗੀ ਤੇ ਇੱਕ ਕੱਲਾ ਦਸਤਾਰ ਧਾਰੀ ਇੱਕ ਪਾਸੇ ਸੇਫ ਫੀਲ ਕਰਦੇ ਆ ਸੇਫ ਫੀਲ ਕਰਦੇ ਅੱਜ ਸਾਨੂੰ ਇਹ ਦੱਸਣ ਦੀ ਲੋੜ ਹੈ ਅਸੀਂ ਕੌਣ ਆ ਹੂੰ ਨੋ ਡਾਊਟ ਅਸੀਂ ਬਹੁਤ ਅੱਗੇ ਤੱਕ ਪਹੁੰਚੇ ਨੋ ਡਾਊਟ ਅਸੀਂ ਇੰਟਰਨੈਸ਼ਨਲ ਪੱਧਰ ਤੇ ਦਸਤਾਰ ਨੂੰ ਲੈ ਗਏ ਆ ਪਰ ਮੈਂ ਕਹਿੰਨਾ ਜਦੋਂ ਤੱਕ ਤੁਹਾਡੇ ਅਸਲ ਨਾਇਕਾਂ ਬਾਰੇ ਨਹੀਂ ਜਾਣਨਗੇ ਬਿਲਕੁਲ ਤੁਸੀਂ ਦੁਨੀਆ ਦੀ ਗੱਲ ਨਾ ਕਰੋ ਕੱਲੇ ਆਪਣੇ ਮੁਲਕ ਦੀ ਗੱਲ ਕਰੋ ਆਪਣੇ ਮੁਲਕ ਨੂੰ ਵੀ ਅਜੇ ਜਦੋਂ ਸਿੱਧੂ ਮੂਸੇਵਾਲੇ ਨੂੰ ਜਮਸ਼ੀਦਪੁਰ ਦੇ ਵਿੱਚ ਇੱਕ ਪੁਲਸੀ ਅੱਤਵਾਦੀ ਕਹਿ ਕੇ ਦੱਸਦੇ ਤਾਂ ਉਸ ਵੇਲੇ ਮਹਿਸੂਸ ਹੁੰਦਾ ਕਿ ਇਹਨਾਂ ਦੀ ਸੋਚ ਤੁਹਾਡੇ ਪ੍ਰਤੀ ਕੀ ਜਾ ਰਹੀ ਹੈ ਹੂੰ ਉਹ ਸੋਚ ਨੂੰ ਬਦਲਣ ਦੀ ਲੋੜ ਹੈ ਅੱਜ ਨਫ਼ਰਤ ਦੇ ਨਾਲ ਨਹੀਂ ਪਿਆਰ ਤੇ ਮੁਹੱਬਤ ਦੇ ਨਾਲ ਬਦਲ ਕੇ ਇਹ ਜ਼ਹਿਨ ਦੇ ਵਿੱਚ ਦੱਸਣ ਦੀ ਲੋੜ ਹੈ ਕਿ ਅਸੀਂ ਉਹੀ ਲੋਕ ਆ ਅਸੀਂ ਲੰਗਰਾਂ ਵਾਲੇ ਵੀ ਆ ਅਸੀਂ ਕਿਰਪਾਨਾਂ ਵਾਲੇ ਵੀ ਆ ਜਦੋਂ ਕਿਤੇ ਤੁਹਾਡੀਆਂ ਧੀਆਂ ਭੈਣਾਂ ਵੱਲ ਕੋਈ ਝਾਕੂਗਾ ਸਾਨੂੰ ਸਾਡੇ ਨੌਵੇਂ ਪਾਤਸ਼ਾਹ ਦੀ ਗੁੜਤੀ ਹੈ ਜਿਹੜਾ ਇਸ ਮੁਲਕ ਦੇ ਖਾਤਰ ਜਾ ਕੇ ਦੂਜੇ ਧਰਮ ਦੇ ਖਾਤਰ ਜਾ ਕੇ ਆਪਦਾ ਸੀਸ ਦੇ ਕੇ ਤੁਹਾਡੇ ਹਿਊਮਨ ਰਾਈਟ ਬਚਾਉਣ ਖਾਤਰ ਉਲੜਿਆ ਅਸੀਂ ਕੌਣ ਆ ਇਹ ਵਾਰਿਸ ਦੱਸਣਾ ਪਊ ਨਾ ਹਮ ਅਸੀਂ ਭਗਤ ਪੂਰਨ ਸਿੰਘ ਦੇ ਵਾਰਿਸਾਂ ਸਾਡੇ ਸਾਡੇ ਨਾਇਕਾਂ ਦੀ ਲਿਸਟ ਇੰਨੀ ਲੰਬੀ ਐ ਕਦੇ ਇਹ ਫਿਲਮ ਹਿੰਦੀ ਦੇ ਵਿੱਚ ਬਣੇ ਜਿਹੜਾ ਇਹ ਜਾ ਕੇ ਦੱਸੇ ਕਿ ਪਿੰਗਲਵਾੜਾ ਕੀ ਐ ਅੱਜ ترਸੀਮ ਜੱਸੜ ਨੇ ਜਦੋਂ ਇਹ ਫਿਲਮ ਬਣਾਈ ਐ ਮੈਨੂੰ ਲੱਗਦਾ ਐ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਐ ਅਸੀਂ ਦੁਨੀਆ ਨੂੰ ਇਹ ਫਿਲਮ ਦਿਖਾਈਏ ਵੀ ਇਹ ਕੱਲੀ ਸਿੱਖਾਂ ਤੱਕ ਸੀਮਤ ਨਾ ਰਹਿ ਜੇ ਅਸੀਂ ਦੱਸੀਏ ਕਿ ਜਦੋਂ ਆਖਰ ਦੇ ਵਿੱਚ ਟ੍ਰੇਲਰ ਦਾ ਉਹ ਸੀਨ ਆਉਂਦਾ ਐ ਲੂਕੰਡੇ ਕਿਵੇਂ ਖੜੇ ਹੁੰਦੇ ਐ ਚੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਅਸੀਂ ਇਹ ਕਹਿਣ ਨੂੰ ਨਹੀਂ ਕਹਿੰਦੇ ਸਾਡਾ ਕਿਸੇ ਨਾਲ ਕੋਈ ਵਿਵਾਦ ਨਹੀਂ ਹੈ ਸਾਡਾ Hindu ਨਾਲ ਕੋਈ ਰੌਲਾ ਨਹੀਂ ਹੈ ਸਾਡਾ ਮੁਸਲਮਾਨ ਨਾਲ ਕੋਈ ਰੌਲਾ ਨਹੀਂ ਹੈ ਨਾ ਸਾਡੇ ਗੁਰੂਆਂ ਦਾ ਸੀ ਨਾ ਸਾਡਾ ਸਾਡਾ ਜ਼ੁਲਮ ਦੇ ਖਿਲਾਫ ਰੌਲਾ ਜਿੱਥੇ ਜਿੱਥੇ ਇਸ ਧਰਤੀ ਦੇ ਉੱਤੇ ਜ਼ੁਲਮ ਹੋਊਗਾ ਉੱਥੇ ਉੱਥੇ ਜੇ ਕੋਈ ਦਸਤਾਰ ਧਾਰੀ ਖੜਾ ਹੈ ਤੇ ਉਹ ਕਿਰਪਾਣ ਚੁੱਕੂਗਾ ਸਾਡਾ ਤਾਂ ਆ ਆ ਸਿਧਾਂਤ ਹੈ ਫਲਸਫੇ ਨੇ ਆਪਣੇ ਬਿਰ ਜਿੱਥੇ ਕੋਈ ਭੁੱਖਾ ਹੋਊਗਾ ਉੱਥੇ ਗੁਰੂ ਦਾ ਲਾਡਲਾ ਗੁਰੂ ਦਾ ਸਿੰਘ ਉਹ ਪਹਿਲੀ ਪਾਤਸ਼ਾਹੀ ਦੇ ਉਸ ਫਲਸਫੇ ਨੂੰ ਜਿਹੜੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਸੀ ਇਹ ਉੱਥੇ ਜਾ ਕੇ ਲੰਗਰ ਲਾ ਦੂਗਾ ਆਪ ਭਾਵੇਂ ਰਾਤ ਭੁੱਖਾ ਸੌ ਜੇ ਕਦੇ ਪੁੱਛਿਆ ਕਿਸੇ ਨੇ ਕਿ ਜਿਹੜੇ ਛਕਾਉਂਦੇ ਆ ਉਹਨਾਂ ਨੇ ਕਦੇ ਉਹਨਾਂ ਨੇ ਛਕਿਆ ਜਾਂ ਛਕਿਆ ਕਿ ਨਹੀਂ ਛਕਿਆ ਤੇ ਨਾ ਹੀ ਅਸੀਂ ਇਹ ਕਦੇ ਕਹਿੰਦੇ ਆ ਕਿ ਸਾਨੂੰ ਪੁੱਛੋ ਆ ਉਹ ਬਾਣੀ ਕਹਿੰਦੀ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਈ ਖਾਏ ਉਹਨੇ ਦੇਈ ਜਾਣਾ ਬਿਲਕੁਲ ਤੁਸੀਂ ਥੱਕ ਜਾਓਗੇ ਉਹ ਨਹੀਂ ਥੱਕਣ ਵਾਲਾ ਅਸੀਂ ਇਸ ਸਿਧਾਂਤ ਦੇ ਮਾਲਕਾਂ ਅਸੀਂ ਇਸ ਸਿਧਾਂਤ ਤੇ ਪਹਿਰਾ ਦੇਣ ਵਾਲੇ ਲੋਕਾਂ ਸਾਨੂੰ ਤੁਸੀਂ ਕਿਹੜੇ ਇਮੇਜ ਕਿਹੜੀ ਕਿਹੜੀ ਸਾਡੀ ਕੈਰੈਕਟਰ ਬਿਲਡਿੰਗ ਕਰ ਰਹੇ ਹੋ ਤੁਸੀਂ ਇਹ ਤੁਸੀਂ ਸੋਚੋ ਅਸੀਂ ਨਹੀਂ ਸੋਚਣਾ ਹਮ ਅਸੀਂ ਅਸੀਂ ਪ੍ਰਧਾਨ ਮੰਤਰੀ ਦਿੱਤੇ ਹੈ ਅਸੀਂ ਰਾਸ਼ਟਰਪਤੀ ਦਿੱਤੇ ਹੈ ਦੇਸ਼ ਨੂੰ ਹਮ ਅਸੀਂ ਪੰਜਾਬ ਦੇ ਮੁੱਖ ਮੰਤਰੀ ਅਸੀਂ ਕਈ ਸੂਬਿਆਂ ਦੇ ਡੀਜੀਪੀ ਦਿੱਤੇ ਐ ਅਸੀਂ ਚੀਫ ਸਕੱਟਰੀ ਦਿੱਤੇ ਐ ਅਸੀਂ ਫਾਈਨਾਂਸ ਕਮਿਸ਼ਨਰ ਦਿੱਤਾ ਮੁੰਟੇਕ ਸਿੰਘ ਆਲੂਵਾਲਗਿਆ ਇਹ ਉਹੀ ਦਸਤਾਰਧਾਰੀ ਨੇ ਜਿਹੜੇ ਮੁਲਕ ਨੂੰ ਇਕਨੋਮਿਕ ਕ੍ਰਾਈਸਿਸ ਚੋਂ ਵੀ ਕੱਢ ਕੇ ਲੈ ਆਉਂਦੇ ਤੇ ਜਿਨ੍ਹਾਂ ਦਾ ਨਾਂ ਤੱਕ ਨਹੀਂ ਆਉਂਦਾ ਹਮ ਅਸੀਂ ਇੰਟਰਨੈਟ ਦਿੱਤਾ ਦੁਨੀਆ ਨੂੰ ਕਪਾਨੀ ਹਮ ਕਪਾਨੀ ਸਾਹਿਬ ਦੀ ਬਦੌਲਤ ਮੋਗੇ ਦਾ ਜੰਪਾਲੋ ਸਰਦਾਰ ਅਮਰੀਕਾ ਗਿਆ ਫਾਈਬਰ ਆਪਟਿਕ ਬਣਾਈ ਫਾਦਰ ਆਫ ਫਾਈਬਰ ਆਪਟਿਕ ਕਿਹਾ ਜਾਂਦਾ ਅੱਜ ਇੰਟਰਨੈਟ ਨਾ ਹੁੰਦਾ ਜਿਹਦੇ ਜਰੀਏ ਅਸੀਂ ਅਸੀਂ ਕਿਸ ਤਬੀਅਤ ਦੇ ਲੋਕ ਐ ਦੱਸਣਾ ਤਾਂ ਪਊ ਨਾ ਹੁਣ ਇਹ ਇਹ ਮੰਨਣਾ ਵੀ ਪਊਗਾ ਤੁਹਾਨੂੰ ਕਿ ਜੇ ਜਿਹੜਾ ਜਿਹੜਾ ਤੁਸੀਂ ਸਾਡੇ ਉੱਤੇ ਲੇਬਲ ਲਾ ਕੇ ਸਾਨੂੰ ਸਾਈਡ ਲਾਈਨ ਕਰਕੇ ਸਾਨੂੰ ਮਾੜਾ ਚੰਗਾ ਬੋਲਦੇ ਹੋ ਅਸੀਂ ਕਰੋਨਾ ਦੇ ਵਿੱਚ ਫ੍ਰੀ ਆਕਸੀਜਨਾਂ ਦੇ ਲੰਗਰ ਲਾਤੇ ਜਿਸ ਵੇਲੇ ਇੱਕ ਇੱਕ ਹਸਪਤਾਲ 45 45 50 50 ਹਜ਼ਾਰ ਦਾ ਸਿਲੰਡਰ ਵਿਨੋਦ ਦੂਆ ਸਾਹਿਬ ਕਰੋਨਾ ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਮੈਂ ਉਹਨਾਂ ਦਾ ਕੱਲ ਸਟੇਟਸ ਪੜ ਰਿਆ ਸੀ 45000 ਦਾ ਆਕਸੀਜਨ ਸਿਲੰਡਰ ਉਸ ਬੰਦੇ ਨੇ ਖਰੀਦਾ ਸੀ ਏਡੇ ਵੱਡੇ ਜਰਨਲਿਸਟ ਬੰਗਲਾ ਸਾਹਿਬ ਜਾ ਕੇ ਦੇਖਿਆ ਜੀ ਲੈਂ ਲੱਗ ਗਈ ਸੀ ਫਰੀ ਚ ਲੈ ਜੋ ਆ ਕੇ ਕੋਈ ਵੀ ਇਹ ਦੇ ਨ ਸਿੱਖਾਂ ਦੀ ਇਹ 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 ਦੱਸਣਾ ਪਊ ਸਾਨੂੰ ਬਿਲਕੁਲ ਇਹ ਵੀੜਾ ਅੱਜ ਸਾਡੇ ਨੌਜਵਾਨ ਮੁੰਡਿਆਂ ਨੇ ਸਾਡੇ ਸਾਡੀ ਆਰਟ ਨੇ ਸਾਡੀ ਫਿਲਮ ਇੰਡਸਟਰੀ ਨੇ ਚੁੱਕਿਆ ਇਹਦੇ ਲਈ ਸਲਾਮ ਕਰਨਾ ਪਊਗਾ ਤੁਹਾਨੂੰ ਬਿਲਕੁਲ ਤੁਹਾਨੂੰ ਮੈਂ ਕਹਿੰਨਾ ਸਾਡੇ ਕੋਲ ਨਾਇਕਾਂ ਦੀ ਤਾਂ ਕਮੀ ਨਹੀਂ ਮੈਂ ਭਗਤਪੂਰਨ ਸਿੰਘ ਦੀ ਹੁਣੇ ਤੁਹਾਨੂੰ ਜ਼ਿਕਰ ਕਰਕੇ ਹਟਿਆ ਐਡਾ ਵੱਡਾ ਫਲੈਂਥਰੋਫਿਸਟ ਐਡਾ ਵੱਡਾ এনवायरमेंटਲਿਸਟ ਹੋ ਸਕਦਾ ਹੈ ਕੋਈ ਦੁਨੀਆ ਦੇ ਵਿੱਚ ਤੁਰੇ ਜਾਂਦੇ ਰਾਹ ਦੇ ਰੋੜੇ ਵੀ ਉਹ ਚੱਕ ਕੇ ਆਪਦੇ ਬੋਝੇ ਦੇ ਵਿੱਚ ਪਾ ਲੈਂਦਾ ਸੀ ਅੰਗਹੀਣ ਕੋਈ ਦਿਸ ਗਿਆ ਉਹਨੂੰ ਗਲ ਨਾਲ ਲਾ ਕੇ ਪਿੰਗਲਵਾੜੇ ਲੈ ਆਉਂਦਾ ਸੀ ਜਿਹੜੀ ਬਿਮਾਰੀ ਕਰਕੇ ਲੋਕ ਆਪਦੇ ਪਿਓ ਮਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਸੀ ਉਹ ਚੱਕ ਕੇ ਆਪਦੇ ਰੇੜੇ ਦੇ ਉੱਤੇ ਪਾ ਕੇ ਸੇਵਾ ਕਰਦਾ ਹੋਇਆ ਗਿਆ ਉਹਨੇ ਲਿਟਰੇਚਰ ਛਾਪਿਆ ਉਹਨੇ ਕਿਤਾਬਾਂ ਛਾਪੀਆਂ ਉਹਨੇ ਤੁਹਾਨੂੰ ਲਿਟਰੇਚਰ ਦੇ ਨਾਲ ਜੋੜਿਆ ਉਹਨੇ ਤੁਹਾਨੂੰ ਨੇਚਰ ਦੇ ਨਾਲ ਵੀ ਜੋੜਿਆ ਹੂੰ ਤੁਹਾਨੂੰ ਬੂਟੇ ਦੇ ਕੇ ਗਿਆ ਕਿ ਬੂਟੇ ਲਾ ਓਏ ਬਿਲਕੁਲ ਇਹ ਧਰਤੀ ਆਪਣੀ ਹੈ ਇਹਨੂੰ ਬਚਾਉਣਾ ਕਿਵੇਂ ਹੈ ਉਹ ਤੁਹਾਨੂੰ ਦੱਸ ਕੇ ਗਿਆ ਪਾਣੀ ਕਿਵੇਂ ਬਚਾਉਣੇ ਨੇ ਹੂੰ ਸੋ ਅਸੀਂ ਅਸੀਂ ਕਿਸ ਗੁਰੂ ਦੇ ਆਸ਼ੇਛ ਚੱਲਣ ਵਾਲੇ ਆ ਸਾਨੂੰ ਆਪਦੇ ਨਾਇਕਾਂ ਦੇ ਉੱਤੇ ਫਿਲਮਾਂ ਬਣਾਉਣੀਆਂ ਪੈਣਗੀਆਂ ਸਾਨੂੰ ਇਹ ਕਹਾਣੀਆਂ ਦੱਸਣੀਆਂ ਪੈਣਗੀਆਂ ਹੂੰ ਸਾਨੂੰ ਭਾਈ ਗਰਜਾ ਸਿੰਘ ਭਾਈ ਬੋਤਾ ਸਿੰਘ ਦਾ ਦੱਸਣਾ ਪਊ ਸਾਨੂੰ ਭਾਈ ਮਣੀ ਸਿੰਘ ਦਾ ਦੱਸਣਾ ਪਊ ਸਾਨੂੰ ਇਹ ਦੱਸਣਾ ਪਊਗਾ ਕਿ ਅਸੀਂ ਸਾਈ ਮੀਆਂ ਮੀਰ ਤੋਂ ਇੱਟ ਲਵਾ ਕੇ ਸਾਡੇ ਚੌਥੀ ਪਾਤਸ਼ਾਹੀ ਨੇ ਤੇ ਉਹ ਨਹੀਂ ਪੱਥਰ ਰਖਾਇਆ ਬਿਲਕੁਲ ਦਰਬਾਰ ਸਾਹਿਬ ਦਾ ਜਿੱਥੇ 2 ਲੱਖ ਬੰਦਾ ਰੋਜ਼ ਬਿਨਾ ਧਰਮ ਜਾਤ ਪਾਤ ਤੋਂ ਬਿਨਾ ਕਿਸੇ ਖਿੱਤੇ ਦੇ ਭੇਦਭਾਵ ਤੋਂ ਬਿਨਾ ਕਿਸੇ ਕੌਮ ਦੇ ਭੇਦਭਾਵ ਤੋਂ ਆ ਕੇ ਉਹਨਾਂ ਚੋਹਾਂ ਦਰਵਾਜ਼ਿਆਂ ਦੇ ਵਿੱਚੋਂ ਦੀ ਲੰਘ ਕੇ ਰੋਜ਼ ਸੀਸ ਨਵਾ ਕੇ ਜਾਂਦਾ ਜਿੱਥੇ ਲੰਗਰ ਦੇ ਵਿੱਚ ਜਾਣ ਵੇਲੇ ਪੁੱਛਿਆ ਨਹੀਂ ਜਾਂਦਾ ਤੂੰ ਕਿਹੜੀ ਜਾਤ ਦਾ ਅਸੀਂ ਅਸੀਂ ਉਸ ਗੁਰੂ ਦੇ ਆਸ਼ੀਰਵਾਦ ਚੱਲਣ ਵਾਲੇ ਲੋਕ ਆ ਹੂੰ ਸੋ ਮੈਨੂੰ ਲੱਗਦਾ ਹੈ ਕਿ ਇਹ ਫਿਲਮਾਂ ਜ਼ਰੂਰੀ ਨੇ ਇਹ ਇਹ ਮੁੰਡੇ ਜਿਹੜੇ ਚੱਲ ਰਿਹਾ ਅੱਜ ਦੌਰ ਦੀ ਵੀ ਗੱਲ ਹੁੰਦੀ ਹੈ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਸ਼ੁਭ ਵਰਗੇ ਨੌਜਵਾਨ ਸਿੱਧੂ ਮੁਸੇਵਾਲਗੇ ਮੁਸੇਵਾਲਾ ਵਰਗੇ ਨੌਜਵਾਨ ਫॉर दैट ਮੈਟਰ ਇਹ ਵੀ ਢਿੱਲੋਂ ਵੀ ਆਪਣਾ ਹੀ ਮੁੰਡਾ ਆ ਉਹ ਇਹ ਸਾਰੇ ਉਹਨੇ ਜਿਹੜੇ ਪੰਜਾਬੀਅਤ ਦੀ ਗੱਲ ਕਰ ਰਿਹਾ ਅੱਜ ਰਣਵੀਰ ਸਿੰਘ ਦੀਪਿਕਾ ਪਾਦੂਕੋਨ ਮਗਰ ਮਗਰ ਤੁਰੇ ਫਿਰਦੇ ਹੁੰਦੇ ਉਹਦੇ ਇਹ ਵੀ ਢਿੱਲੋਂ ਦੇ ਜਦੋਂ ਜਾਂਦਾ ਗਰਦਾਸਪੁਰ ਦੇ ਨਿੱਕੇ ਜਿਹੇ ਪਿੰਡ ਦਾ ਜੰਪਾਲਾ ਉਹ ਮੁੰਡਾ ਅਸੀਂ ਉਹ ਚੋਟੀਆਂ ਸਰ ਕਰਨ ਵਾਲੇ ਲੋਕ ਆ ਬਿਲਕੁਲ ਸਾਨੂੰ ਚੈਲੰਜ ਨਾ ਕਰੋ ਸਾਨੂੰ ਪਿਆਰ ਕਰੋ ਅਸੀਂ ਦੁੱਗਣਾ ਤਿੱਗਣਾ 10 ਗੁਣਾ ਪਿਆਰ ਕਰਾਂਗੇ ਹੂੰ ਇਹ ਦਸਤਾਰਾਂ ਜਿਹੜੀਆਂ ਨੇ ਇਹ ਬੰਦਿਆਂ ਨੂੰ ਬਚਾਉਂਦੀਆਂ ਵੀ ਆ ਮੈਂ ਹੁਣੇ ਇੱਕ ਸ਼ੋਅ ਦੇ ਵਿੱਚ ਪਹਿਲਾਂ ਜ਼ਿਕਰ ਕਰਕੇ ਹਟਿਆ ਸੁਖਸੋਲ ਹੋਣਾ ਦੇ ਨਾਲ ਕਿ ਅਮਰੀਕਾ ਕੈਨੇਡਾ ਦੇ ਵਿੱਚ ਡੁੱਬਦਿਆਂ ਨੂੰ ਵੀ ਜਦੋਂ ਕੋਈ ਨਜ਼ਰ ਆਈ ਤੇ ਦਸਤਾਰਾਂ ਖੋਲ ਕੇ ਖੋਲ ਕੇ ਤੇ ਡੁੱਬਦੇ ਨੂੰ ਬਚਾ ਲੈਨੇ ਹੋ ਤੁਸੀਂ ਇਹ ਦਾੜੇ ਪ੍ਰਕਾਸ਼ ਕੀਤੇ ਇਹਦੇ ਵਿੱਚ ਫਰਕ ਵੀ ਸਮਝੋ ਕਿ ਅਸੀਂ ਕੌਣ ਆ ਅਸੀਂ ਅੱਤਵਾਦੀ ਨਹੀਂ ਹੈਗੇ ਅਸੀਂ ਮੁਹੱਬਤ ਕਰਨ ਵਾਲੇ ਪਿਆਰ ਕਰਨ ਵਾਲੇ ਲੋਕ ਆ ਸੋ ਸਾਡੇ ਨਾਇਕ ਹੁਣ ਸਰਾਬੇ ਤੇ ਵੀ ਫਿਲਮ ਮਾਰੀ ਹੈ ਮੈਨੂੰ ਬਹੁਤ ਖੁਸ਼ੀ ਹੈ ਜੀ ਸਾਨੂੰ ਸਾਡੇ ਨਾਇਕ ਪਛਾਣਨੇ ਚਾਹੀਦੇ ਆ ਸਾਡੇ ਨਾਇਕ ਕੌਣ ਨੇ ਬਹੁਤ ਵੱਡਾ ਨਾਇਕ ਸਰਾਬਾ ਵੀ ਸਾਡਾ ਸ਼ਹੀਦ ਕਰਤਾਰ ਸਿੰਘ ਸਰਾਬਾ ਸ਼ਹੀਦ ਸ਼ਹੀਦ ਆਜ਼ਮ ਭਗਤ ਸਿੰਘ ਦਾ ਆਈਡਲ ਸੀ ਉਹਦੇ ਤੇ ਫਿਲਮ ਮਾਰੀ ਹੈ ਬਹੁਤ ਮੈਨੂੰ ਖੁਸ਼ੀ ਦੀ ਗੱਲ ਹੈ ਕਿ ਇਹ ਫਿਲਮਾਂ ਬਣਨੀਆਂ ਚਾਹੀਦੀਆਂ ਸ਼ਹੀਦ ਉਦਮ ਸਿੰਘ ਤੋਂ ਵੱਡਾ ਕੌਣ ਹੋ ਸਕਦਾ ਨਾਇਕ ਇਹ ਸਾਡੇ ਨਾਇਕ ਨੇ 30 ਸਾਲ ਬਾਅਦ ਜਾ ਕੇ ਜਦੋਂ ਲੰਡਨ ਦੇ ਕੈਂਗਸਟਨ ਹਾਲ ਜਾ ਕੇ ਪੁੱਛ ਲਿਓ ਕੋ ਨਾਕੰਧਾ ਨੂੰ ਹੂੰ ਕਿਵੇਂ ਕਿਤਾਬ ਦੇ ਵਿੱਚ ਉਹ ਲੈ ਗਿਆ ਸੀ ਰੱਖ ਕੇ ਤੇ ਫਿਰ ਉਹਨੇ ਦੱਸਿਆ ਕਿ ਬਦਲਾ ਐਨ ਲਈਦਾ ਬਿਲਕੁਲ ਨੇ ਹੱਥਿਆਂ ਦੇ ਉੱਤੇ वार ਨਹੀਂ ਕਰੀਦਾ ਔਰਤ ਤੇ ਬੱਚਿਆਂ ਦੇ ਉੱਤੇ वार ਨਹੀਂ ਕਰੀਦਾ ਹੂੰ ਜੰਗ ਦੇ ਮੈਦਾਨ ਕੁਝ ਹੋਰ ਹੁੰਦੇ ਨੇ ਤੋ ਮੈਨੂੰ ਲੱਗਦਾ ਹੈ ਕਿ ਇਹ ਮਸਤਾਨੇ ਫਿਲਮ ਆ ਰਹੀ ਹੈ ਇਹ ਦੇਖਣੀ ਚਾਹੀਦੀ ਹੈ ਸਾਰਿਆਂ ਨੂੰ ਔਰ ਸਰਕਾਰਾਂ ਨੂੰ ਇਹਨੂੰ ਇਹਨੂੰ ਇਸ ਫਿਲਮ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਔਰ ਜਿਹੜੇ ਉਸ ਪੁਲਿਸ ਅਫਸਰ ਤੋਂ ਗਲਤੀ ਹੋਈ ਹੈ ਉਹਨੇ ਹਾਲਾਂਕਿ ਮਾਫੀ ਮੰਗ ਲਈ ਹੈ ਇਸ ਗੱਲ ਦੀ ਪਰ ਇਹ ਗੱਲ ਇੱਥੋਂ ਤੱਕ ਸੀਮਿਤ ਨਹੀਂ ਹੈ ਅਸੀਂ ਆਪਦੀ ਉਸ ਉਸ ਆਸ਼ੇ ਨੂੰ ਅਸੀਂ ਮੈਂ ਤਾਂ ਜਿਵੇਂ ਇੱਕ ਦਿਨ ਅੱਗੇ ਆਪਾਂ ਗੱਲ ਕੀਤੀ ਸੀ ਕਿ ਸਿੱਖੀ ਸੰਪੂਰਨ ਰੂਪ ਦੇ ਵਿੱਚ ਪੇਸ਼ਾਨਣੀ ਚਾਹੀਦੀ ਹੈ ਇਹ ਬਾਬੇ ਫਰੀਦ ਦੀ ਵੀ ਸਿੱਖੀ ਹੈ ਕਬੀਰ ਸਾਹਿਬ ਦੀ ਵੀ ਸਿੱਖੀ ਹੈ ਇਹ ਗੁਰੂ ਰਵਿਦਾਸ ਜੀ ਦੀ ਵੀ ਸਿੱਖੀ ਹੈ ਇਹ ਬਾਬੇ ਨਾਨਕ ਦੀ ਵੀ ਸਿੱਖੀ ਹੈ ਇਹ ਇਹ ਨੌਵੀਂ ਪਾਤਸ਼ਾਹੀ ਜਦੋਂ ਨੌਵੇਂ ਮੱਲੇ ਦੇ ਸ਼ਲੋਕ ਚ ਸਾਰਾ ਜੀਵਨ ਦਾ ਨਿਚੋੜ ਕੱਢ ਕੇ ਤੁਹਾਨੂੰ ਦੇ ਗਏ ਇਹ ਉਹ ਵੀ ਸਿੱਖੀ ਹੈ ਛੇਵੀਂ ਪਾਤਸ਼ਾਹੀ ਜਦੋਂ ਬੀਰ ਰਸ ਦੀ ਗੱਲ ਕਰਦੇ ਆ ਤਾਂ ਇਹ ਉਹ ਵੀ ਸਿੱਖੀ ਹੈ ਤਤੀ ਤਵੀ ਤੇ ਬੈਠੇ ਗੁਰੂ ਅਰਜਨ ਦੇਵ ਮਹਾਰਾਜ ਦੀ ਵੀ ਸਿੱਖੀ ਹੈ ਸਰਬਾਤੋ ਤੇਗ ਤੱਕ ਦਾ ਸਫ਼ਰ ਕੀ ਤੇਗ ਤੱਕ ਦਾ ਸਫ਼ਰ ਹੈ ਸੋ ਇਹ ਮੈਨੂੰ ਲੱਗਦਾ ਹੈ ਕਿ ਹਰ ਰੋਜ਼ ਆਪਦੇ ਗੁਰੂ ਵਾਸਤੇ ਬੋਲੀ ਚੋਂ ਘੜਾ ਭਰ ਕੇ ਲਿਆਉਣਾ ਤੇ ਰੋਜ਼ ਇਸ਼ਨਾਨ ਕਰਾਉਣਾ ਉਹ ਸਦਕ ਸਬਰ ਤੇ ਲੱਗੇ ਰਹਿਣ ਦਾ ਨਾਂ ਵੀ ਸਿੱਖੀ ਹੈ ਤੇ ਇੱਥੇ ਬਹੁਤ ਛੋਟੀ ਉਮਰ ਦੇ ਵਿੱਚ ਜਦੋਂ ਦਿੱਲੀ ਦੇ ਲੋਕਾਂ ਨੂੰ ਤਪਦਿਕ ਤੋਂ ਉਸ ਰੋਗ ਤੋਂ ਮੁਕਤ ਕਰਕੇ ਤੇ ਆਪ ਮੁਕਤੀ ਲਈ ਇਹ 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 ਮੇਰੇ ਗੁਰੂ ਹਰਕਿਸ਼ਨ ਪਾਤਸ਼ਾਹ ਦੀ ਵੀ ਸਿੱਖੀ ਹੈ ਜਿਸ ਡਿੱਠੇ ਸਭ ਦੁੱਖ ਜਾਏ ਸੋ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵਿਸ਼ਾਲ ਗੱਲ ਹੈ ਸਾਨੂੰ ਤੁਸੀਂ ਇਸ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੋ ਤੁਸੀਂ ਤੁਸੀਂ ਬੰਗਲਾ ਸਾਹਿਬ ਜਾਓ ਜੇ ਸਾਨੂੰ ਸਮਝਣਾ ਹੈ ਤੁਸੀਂ ਦਰਬਾਰ ਸਾਹਿਬ ਆਓ ਜੇ ਤੁਸੀਂ ਸਾਨੂੰ ਸਮਝਣਾ ਚਾਹੁੰਦੇ ਹੋ ਤੁਸੀਂ ਦੁਨੀਆ ਦੇ ਹਰ ਉਸ ਖਿੱਤੇ 'ਚ ਜਾ ਕੇ ਜਿੱਥੇ ਇਹਨਾਂ ਦਸਤਾਰ ਧਾਰੀਆਂ ਨੇ ਨਾਮਨੇ ਖੱਟੇ ਆ ਤੁਸੀਂ ਉੱਥੇ ਜਾਓ ਜੀ ਇਹ ਇਹ ਇਸ ਬਾਣੀ ਦੇ ਵਿੱਚ ਹਰ ਕਿਸੇ ਨੂੰ ਆਪਣੇ ਦੁੱਖਾਂ ਦੇ ਰੋਗ ਕੱਟਣ ਦਾ ਰਾਹ ਮਿਲਣਗੇ ਇੱਥੇ ਜੀਵਨ ਦਾ ਨਿਚੋੜ ਮਿਲੂਗਾ ਔਰ ਇਹ ਇੱਕ ਜੀਵਨ ਜਾਂਚ ਦੇ ਫਲਸਫੇ ਦੀ ਗੱਲ ਹੈ